ਜਿੰਨੇ ਵੀ ਸਾਡੇ ਤੋਂ ਕੰਮ ਹੋ ਸਕੇ ਅਸੀਂ ਆਪਣੀ ਸੋਚ ਤੋਂ ਉੱਪਰ ਹੋ ਕੇ ਪਿੰਡ ਨੂੰ ਅੱਗੇ ਲਿਜਾਣ ਲਈ ਜੀ ਤੋੜ ਜਿਹੜੀ ਆ ਮਿਹਨਤ ਕੀਤੀ ਆ। ਜਿਹੜੇ ਸਾਡੇ ਨਗਰ ਦੇ ਵਿੱਚ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਪੂਰੇ ਨਗਰ ਦੇ ਕੋਨੇ ਕੋਨੇ 'ਚ ਜਿੱਥੇ ਸਾਡੇ ਲੋਕ ਬੈਠੇ ਆ ਨਗਰ ਨਿਵਾਸੀ, ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। 5 ਸਾਲਾਂ ਦੇ ਵਿੱਚ ਨਗਰ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਆ ਅਤੇ ਕਿਹੜੇ ਕਿਹੜੇ ਅਸੀਂ ਕਰਨੇ ਸੀ ਜਿਹੜੇ ਕਿ ਟਰਮ ਖਤਮ ਹੋਣ ਕਾਰਨ, ਪੰਚਾਇਤਾਂ ਭੰਗ ਹੋਣ ਕਾਰਨ ਜਿਹੜੇ ਰਹਿ ਗਏ ਕਿ ਨਗਰ ਦੇ ਵਿੱਚ ਜਿਹੜਾ ਸੀਵਰੇਜ ਸੀਗਾ ਤੁਸੀਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ, ਸਾਨੂੰ ਇਸ ਪਿੰਡ ਦੀ ਕਮਾਂਡ ਦਿੱਤੀ ਆ। ਉਸ ਤੋਂ ਬਾਅਦ ਜਿਹੜਾ ਆਪਾਂ 100% ਪਿੰਡ ਦੇ ਵਿੱਚ ਜਿਹੜਾ ਸੀਵਰੇਜ ਮੁਕੰਮਲ ਕਰ ਦਿੱਤਾ, ਇੱਕ ਇੱਕ ਗਲੀ ਦੇ ਵਿੱਚ ਸੀਵਰੇਜ ਪਾ ਦਿੱਤਾ। ਹਾਲੇ ਕਿ ਜਿੱਥੇ ਲੋਕ ਆ ਕੇ ਵਸੇ ਵੀ ਨਹੀਂ ਆ, ਜਿਸ ਗਲੀ ਦੇ ਵਿੱਚ ਮੰਨ ਲਓ ਇੱਕ ਘਰ ਵਾ ਬਾਕੀ ਪਲਾਟ ਹੀ ਆ, ਹਾਲੇ ਲੋਕ ਉੱਥੇ ਆਏ ਨਹੀਂ ਹੈ, ਅਸੀਂ ਉੱਥੇ ਵੀ ਸੀਵਰੇਜ ਪਾ ਦਿੱਤਾ। ਗਲੀਆਂ ਸੜਕਾਂ ਪੱਕੀਆਂ ਕਰਨ ਦੀ ਗੱਲ, ਉਹ ਵੀ ਅਸੀਂ 60% ਜਿਹੜਾ ਆ ਸੜਕਾਂ ਜਿਹੜੀਆਂ ਪਿੰਡ ਦੀਆਂ ਪੱਕੀਆਂ ਕਰ ਦਿੱਤੀਆਂ ਆ। ਤੋ ਡਾਕਖਾਨੇ ਦੀ ਨਗਰ ਨਿਵਾਸੀਆਂ ਨਾਲ ਇੱਕ ਜਿਹੜਾ ਵਾਅਦਾ ਕੀਤਾ ਸੀਗਾ ਉਹ ਡਾਕਖਾਨਾ ਲੈ ਕੇ ਆਏ ਹਾਂ। ਸਾਡੀ ਸੋਚ ਸੀ ਵੀ ਅਸੀਂ ਡਿਸਪੈਂਸਰੀ ਲੈ ਕੇ ਆਉਣੀ ਆ, ਉਹ ਡਿਸਪੈਂਸਰੀ 'ਤੇ ਵੀ ਸਾਡਾ ਕੰਮ ਚੱਲ ਰਿਹਾ ਸੀਗਾ। ਚਲੋ ਜਦ ਨੂੰ ਪੰਚਾਇਤਾਂ ਭੰਗ ਹੋਣ ਦਾ ਫੈਸਲਾ ਸਰਕਾਰ ਦਾ ਆ ਗਿਆ। ਯੂਥ ਦੀ ਡਿਮਾਂਡ ਆ ਕਿ ਹਾਂ ਇੱਥੇ ਸਾਡੇ ਪਿੰਡ ਦੇ ਵਿੱਚ ਗਰਾਊਂਡ ਹੋਣਾ ਚਾਹੀਦਾ। ਮੈਂ ਯੂਥ ਨੂੰ ਇਹ ਦੱਸਣਾ ਚਾਹੁੰਦਾ ਇਸ ਵੀਡੀਓ ਰਾਹੀਂ ਕਿ ਗਰਾਊਂਡ ਜਿਹੜਾ ਆ ਸਾਡੇ ਪਿੰਡ ਦੇ ਵਿੱਚ ਜਗ੍ਹਾ ਹੀ ਨਹੀਂ ਸਾਡੇ ਕੋਲ ਹੈਗੀ। ਸਾਡੇ ਕੋਲ ਜਗ੍ਹਾ ਨਹੀਂ ਹੈ ਤਾਂ ਗਰਾਊਂਡ ਕਿੱਥੋਂ ਆਏਗਾ? ਜਿਹੜੀਆਂ ਜਦੋਂ ਇਹ ਕਲੋਨੀਆਂ ਸੀਗੀਆਂ, ਕਲੋਨੀਆਂ ਜਿਹੜੀ ਆ ਉਦੋਂ ਖਾਲੀ ਸੀ, ਉਹ ਹੁਣ ਜਿਹੜੀਆਂ ਲੋਕਾਂ ਨੇ ਉੱਥੇ ਮਕਾਨ ਵਗੈਰਾ ਬਣਾ ਤੇ ਅਤੇ ਉਹ ਹੁਣ ਗਰਾਊਂਡ ਵਾਸਤੇ ਕੋਈ ਸਰਕਾਰੀ ਜਗ੍ਹਾ ਨਹੀਂ ਹੈਗੀ। ਇਸ ਕਰਕੇ ਗਰਾਊਂਡ ਆ ਜਿਹੜਾ ਉਹ ਗਰਾਊਂਡ ਆਪਾਂ ਨੂੰ ਜੇ ਆਪਾਂ ਬਣਾਉਂਦੇ ਹਾਂ ਤਾਂ ਆਪਾਂ ਨੂੰ ਪਿੰਡ ਤੋਂ ਬਾਹਰ ਕੋਈ ਜਗ੍ਹਾ ਦੇਖਣੀ ਪੈਣੀ ਆ। ਇਹ ਵੀ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਹੈ ਇਹ ਗੱਲ, ਅਤੇ ਚਲੋ ਮਾਲਕ ਕਦੇ ਨਾ ਕਦੇ ਜ਼ਰੂਰ ਆਪਾਂ ਇਸ ਚੀਜ਼ ਨੂੰ ਵੀ ਆਪਾਂ ਪੂਰੀ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਜੈ ਭੀਮ ਜੈ ਭਾਰਤ। ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਚਾਇਤਾਂ ਜਿਹੜੀਆਂ ਆ ਭੰਗ ਹੋ ਗਈਆਂ ਆ, ਜਿਹਦੇ ਕਿ ਹਲੇ 3-4 ਮਹੀਨੇ ਪਏ ਸੀ, ਦਸੰਬਰ 'ਚ ਜਿਹੜੀ ਆ ਇਹ ਟਰਮ ਪੂਰੀ ਹੋਣੀ ਸੀ, ਪਰ ਚਲੋ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰ ਜਿਹੜੀ ਆ ਕਦੇ ਵੀ ਇਲੈਕਸ਼ਨ ਡਿਕਲੇਅਰ ਕਰ ਸਕਦੀ ਆ ਉਹਨਾਂ ਦੇ ਅਧਿਕਾਰ ਖੇਤਰ 'ਚ। ਇਸੇ ਕਰਕੇ ਅਸੀਂ ਅੱਜ ਤੁਹਾਡੇ ਰੂਬਰੂ ਹੋਏ ਹਾਂ ਕਿ ਜਿਹੜੇ 5 ਸਾਲ ਦੀ ਪੰਚਾਇਤ ਅਸੀਂ ਚਲਾਈ ਆ ਉਹ ਤੁਸੀਂ ਸਾਰਿਆਂ ਨੇ ਸਾਡਾ ਸਾਥ ਦਿੱਤਾ ਆ, ਔਰ ਅਸੀਂ ਨਤਮਸਤਕ ਹੋ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵੋਟਰ ਔਰ ਸਾਰੇ ਸਪੋਰਟਰਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਤੁਹਾਡੇ ਰਿਣੀ ਆ ਕਿ 5 ਸਾਲ ਦੇ ਵਿੱਚ ਜਿਹੜੀ ਅਸੀਂ ਇਹ ਸਰਪੰਚੀ ਦੀ ਟਰਮ ਸੀ ਇਹਦੇ ਵਿੱਚ ਜਿੰਨੇ ਵੀ ਸਾਡੇ ਤੋਂ ਕੰਮ ਹੋ ਸਕੇ ਅਸੀਂ ਆਪਣੀ ਸੋਚ ਤੋਂ ਉੱਪਰ ਹੋ ਕੇ ਇਸ ਜਿਹੜੇ ਆ ਸਰਪੰਚੀ ਦੀ ਟਰਮ ਦੇ ਵਿੱਚ ਕੰਮ ਕਰਨ ਦੀ, ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਲਿਜਾਣ ਲਈ, ਪਿੰਡ ਨੂੰ ਅੱਗੇ ਲਿਜਾਣ ਲਈ ਜੀ ਤੋੜ ਜਿਹੜੀ ਆ ਮਿਹਨਤ ਕੀਤੀ ਆ, ਜਿਹਦੇ ਵਿੱਚ ਪੂਰੀ ਪੰਚਾਇਤ ਨੇ, ਜਿਹੜੀ ਪੂਰੀ ਪੰਚਾਇਤ ਔਰ ਜਿਹੜੀ ਸਾਡੀ ਟੀਮ ਹੈ ਉਹਨਾਂ ਨੇ ਸਾਰਿਆਂ ਨੇ ਇਹਦੇ ਵਿੱਚ ਜਿਹੜੀ ਆ ਮਦਦ ਕੀਤੀ ਆ। ਮੈਂ ਉਚੇਚੇ ਤੌਰ 'ਤੇ ਜਿਹੜੇ ਆਪਣੇ ਪੰਚਾਇਤ ਮੈਂਬਰ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਕਿ ਜਿਹੜੇ 2 ਭਰਾ ਨਹੀਂ ਇਕੱਠੇ ਰਹਿ ਸਕਦੇ, 2 ਭਰਾਵਾਂ ਦੀ ਮੱਤ ਨਹੀਂ ਇੱਕ ਪਰਿਵਾਰ ਦੇ ਵਿੱਚ, ਇੱਕ ਢਿੱਡੋ ਜੰਮੇ ਹੁੰਦੇ ਆ, ਉਹਨਾਂ ਦੀ ਮੱਤ ਨਹੀਂ ਆਪਸ 'ਚ ਮਿਲਦੀ, ਉਹਨਾਂ ਦੇ ਵਿਚਾਰ ਨਹੀਂ ਆਪਸ 'ਚ ਮਿਲਦੇ, ਪਰ ਅਸੀਂ ਜਿਹੜੇ ਸਾਡੇ 11 ਜਿਹੜੇ ਵਾਰਡ ਨੇ ਔਰ 11 ਹੀ ਪੰਚ ਜਿਹੜੇ ਸਾਡੇ ਪੰਚ ਚੁਣੇ ਗਏ ਸੀ ਸਾਡੀ ਟੀਮ, ਉਹਨਾਂ ਨੇ ਅਸੀਂ ਇਕੱਠਿਆਂ ਨੇ ਰਲ ਕੇ ਜਿਹੜੇ ਕਿ ਇਹ ਡਿਸੀਜਨ ਲਿੱਤੇ ਆ, ਜਿਹੜੇ ਅਸੀਂ ਫੈਸਲੇ ਲਿੱਤੇ ਆ ਇਕੱਠੇ ਹੋ ਕੇ, ਅਤੇ ਸਾਰਿਆਂ ਨੇ ਉਹਨਾਂ ਦੇ ਉੱਤੇ ਫੁੱਲ ਚੜ੍ਹਾਏ ਆ। ਮੈਂ ਵਿਸ਼ੇਸ਼ ਤੌਰ 'ਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਅਤੇ ਮੈਂ ਨਗਰ ਨਿਵਾਸੀਆਂ ਦਾ, ਵੋਟਰ ਸਪੋਰਟਰਾਂ ਦਾ, ਆਪਣੇ ਧਾਰਮਿਕ ਜਿਹੜੇ ਸਾਡੇ ਨਗਰ ਦੇ ਵਿੱਚ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਪੂਰੇ ਨਗਰ ਦੇ ਕੋਨੇ ਕੋਨੇ 'ਚ ਜਿੱਥੇ ਸਾਡੇ ਲੋਕ ਬੈਠੇ ਆ ਨਗਰ ਨਿਵਾਸੀ, ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਔਰ ਕੰਮਾਂ ਨੂੰ ਲੈ ਕੇ ਤੁਹਾਨੂੰ ਮੈਂ ਜ਼ਰੂਰ ਦੱਸਾਂਗਾ ਕਿ ਆਪਣੇ ਜਿਹੜੇ ਕੰਮ ਨੇ, ਦੇਖੋ ਵੈਸੇ ਤਾਂ ਕੰਮ ਜਿਹੜੇ ਇਨਸਾਨ ਕਰਦਾ ਆ ਉਹ ਦੱਸਣ ਦੀ ਲੋੜ ਨਹੀਂ ਹੁੰਦੀ ਆ, ਉਹ ਕੰਮ ਬੋਲਦੇ ਆ ਬੰਦੇ ਦੇ, ਪਰ ਫਿਰ ਵੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ ਕਿਉਂਕਿ ਇਹ ਸਾਡਾ ਫਰਜ਼ ਬਣਦਾ ਆ ਕਿ ਅਸੀਂ ਇੰਨੀ ਦੇਰ ਦੇ ਵਿੱਚ 5 ਸਾਲਾਂ ਦੇ ਵਿੱਚ ਨਗਰ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਆ ਅਤੇ ਕਿਹੜੇ ਕਿਹੜੇ ਅਸੀਂ ਕਰਨੇ ਸੀ ਜਿਹੜੇ ਕਿ ਟਰਮ ਖਤਮ ਹੋਣ ਕਾਰਨ, ਪੰਚਾਇਤਾਂ ਭੰਗ ਹੋਣ ਖਤਮ ਹੋਣ ਕਾਰਨ ਜਿਹੜੇ ਰਹਿ ਗਏ,
ਕੋਈ ਗੱਲ ਨਹੀਂ, ਅਗਾਂਹ ਅੱਗੇ ਦੇਖਿਆ ਜਾਊਗਾ ਕੀ ਬਣਦਾ ਆ। ਜਦੋਂ ਅਸੀਂ ਪਿੰਡ ਦੇ ਵਿੱਚ ਸਰਪੰਚ ਲਈ ਤੁਸੀਂ ਲੋਕਾਂ ਨੇ ਸਾਨੂੰ ਚੁਣਿਆ, ਉਦੋਂ ਜਿਹੜਾ ਆ ਪੰਚਾਇਤ ਜਦੋਂ ਤੁਸੀਂ ਚੁਣੀ ਆ ਅਤੇ ਨਗਰ ਦੇ ਵਿੱਚ ਜਿਹੜਾ ਕਿ ਸੀਵਰੇਜ, ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ 'ਚ ਮੈਂ ਕਹਿੰਦਾ ਰਿਹਾ ਆ ਕਿ ਨਗਰ ਦੇ ਵਿੱਚ ਜਿਹੜਾ ਸੀਵਰੇਜ ਸੀਗਾ ਉਹ 40% ਸੀਵਰੇਜ ਜਿਹੜਾ ਆ ਸ਼ਹੀਦ ਭਗਤ ਸਿੰਘ ਨਗਰ 'ਚ ਪਾਇਆ ਹੋਇਆ ਸੀਗਾ ਜਿਹੜੀ ਪਹਿਲੀ ਪੰਚਾਇਤ ਨੇ। ਉਸ ਤੋਂ ਬਾਅਦ ਜਦੋਂ ਤੁਸੀਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ, ਸਾਨੂੰ ਇਸ ਪਿੰਡ ਦੀ ਕਮਾਂਡ ਦਿੱਤੀ ਆ, ਉਸ ਤੋਂ ਬਾਅਦ ਜਿਹੜਾ ਆਪਾਂ 100% ਪਿੰਡ ਦੇ ਵਿੱਚ ਜਿਹੜਾ ਸੀਵਰੇਜ ਮੁਕੰਮਲ ਕਰ ਦਿੱਤਾ। ਇੱਕ ਇੱਕ ਗਲੀ ਦੇ ਵਿੱਚ ਸੀਵਰੇਜ ਪਾਤਾ, ਹਾਲੇ ਕਿ ਜਿੱਥੇ ਲੋਕ ਆ ਕੇ ਵਸੇ ਵੀ ਨਹੀਂ ਆ, ਜਿਸ ਗਲੀ ਦੇ ਵਿੱਚ ਮੰਨ ਲਓ ਇੱਕ ਘਰ ਵਾ ਬਾਕੀ ਪਲਾਟ ਹੀ ਆ, ਹਾਲੇ ਲੋਕ ਉੱਥੇ ਆਏ ਨਹੀਂ ਹੈ, ਅਸੀਂ ਉੱਥੇ ਵੀ ਸੀਵਰੇਜ ਪਾ ਦਿੱਤਾ ਤਾਂ ਕਿ ਆਉਣ ਵਾਲੇ ਲੋਕ ਵੀ ਜਿਹੜੇ ਉੱਥੇ ਆਪਣਾ ਘਰ ਬਣਾਉਣਗੇ ਰਹਿਣ ਵਾਸਤੇ ਤਾਂ ਉਹ ਵੀ ਆ ਕੇ ਜਿਹੜਾ ਆ ਸੀਵਰੇਜ ਨੂੰ ਲੈ ਕੇ ਪਰੇਸ਼ਾਨ ਨਾ ਹੋਣ। ਅਤੇ ਸੀਵਰੇਜ ਜਿਹੜਾ 100% ਜਿਹੜਾ ਮੁਕੰਮਲ ਕਰ ਦਿੱਤਾ ਗਿਆ। ਜਿਹੜੀ ਗਲੀਆਂ ਸੜਕਾਂ ਪੱਕੀਆਂ ਕਰਨ ਦੀ ਗੱਲ ਹੈ, ਉਹ ਵੀ ਅਸੀਂ 60% ਜਿਹੜਾ ਆ ਸੜਕਾਂ ਜਿਹੜੀਆਂ ਪਿੰਡ ਦੀਆਂ ਪੱਕੀਆਂ ਕਰ ਦਿੱਤੀਆਂ ਆ, ਜਿਹਦੇ ਵਿੱਚ 40% ਰਹਿ ਗਈਆਂ ਸੀ। ਮੈਂ 60 ਨਹੀਂ, ਮੈਂ 70 ਹੀ ਕਹੂੰਗਾ, ਕਿਉਂਕਿ ਹਾਲੇ 70 ਦੀਆਂ ਵੀ 80 ਕਹੂੰਗਾ, ਕਿਉਂਕਿ ਹਾਲੇ ਘੱਟੋ ਘੱਟ ਨਹੀਂ ਨਾ ਕਰਦੇ 10 ਗਲੀਆਂ ਦੇ ਵਿੱਚ ਸਾਡੀਆਂ ਜਿਹੜੀਆਂ ਆ ਟਾਈਲਾਂ ਅਤੇ ਹੋਰ ਜਿਹੜਾ ਮਟੀਰੀਅਲ ਵਗੈਰਾ ਪਿਆ ਆ, ਜਦੋਂ ਕੁਛ ਕਾਰਨਾਂ ਕਰਕੇ ਮੰਨ ਲਓ ਸਰਕਾਰ ਜਦੋਂ ਬਦਲੀ ਆ, ਸਰਕਾਰ ਨੇ ਆਪਣੇ ਹਿਸਾਬ ਨਾਲ ਕੰਮ ਕਰਾਉਣੇ ਹੁੰਦੇ ਆ, ਉਹਦੇ ਜਿਹੜੇ ਉਹਦੇ ਕਾਰਨਾਂ ਕਰਕੇ ਜਿਹੜੀਆਂ ਸੜਕਾਂ ਗਲੀਆਂ ਜਿਹੜੀਆਂ ਰੁਕ ਗਈਆਂ, ਚਲੋ ਉਹ ਵੀ ਗਲੀਆਂ ਜਿਹੜੀਆਂ ਪਹਿਲ ਦੇ ਆਧਾਰ 'ਤੇ ਬਣਨਗੀਆਂ। ਸੋ ਇਹ ਜਿਹੜਾ ਆ ਸਾਡਾ ਜਿਹੜਾ ਸੀਵਰੇਜ ਅਤੇ ਗਲੀਆਂ ਪੱਕੀਆਂ ਦਾ ਜਿਹੜਾ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ। ਫਿਰ ਜਦੋਂ ਆਪਾਂ ਸਰਪੰਚੀ ਦੀ ਵੋਟਾਂ ਵਾਸਤੇ ਨਗਰ ਦੇ ਵਿੱਚ ਵੱਖ ਵੱਖ ਜਗ੍ਹਾ 'ਤੇ ਬੇਨਤੀ ਕਰਨ ਜਾਂਦੇ ਸੀ ਵੀ ਵੋਟ ਤੁਸੀਂ ਸਾਨੂੰ ਪਾਉਣੀ ਆ, ਸਾਨੂੰ ਪਿੰਡ ਦੀ ਜ਼ਿੰਮੇਵਾਰੀ ਦੇਣੀ ਆ, ਅਤੇ ਉਦੋਂ ਆਪਾਂ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਪਿੰਡ ਦੇ ਵਿੱਚ ਡਾਕਖਾਨਾ ਹੋਣਾ ਜ਼ਰੂਰੀ ਆ, ਕਿਉਂਕਿ ਡਾਕਖਾਨੇ ਦੇ ਵਿੱਚ ਗਰੀਬਾਂ ਵਾਸਤੇ ਲੜਕੀਆਂ ਵਾਸਤੇ ਬਹੁਤ ਅੱਛੀਆਂ ਸਕੀਮਾਂ ਆਉਂਦੀਆਂ ਡਾਕਖਾਨੇ ਦੇ ਵਿੱਚ, ਜਿਹੜੀ ਆ ਜਿਹੜੀ ਤੁਹਾਡੀ ਪੈਸੇ ਜਮ੍ਹਾਂ ਹੁੰਦੇ ਆ ਉਹਦੀ ਵਿਆਜ ਦਰ ਵੀ ਜ਼ਿਆਦਾ ਹੁੰਦੀ ਆ, ਅਤੇ ਉਹਦੇ ਵਿੱਚ ਜਿਹੜਾ ਡਾਕਖਾਨੇ ਦੇ ਵਿੱਚ ਤੁਹਾਡੇ ਆਧਾਰ ਕਾਰਡ ਦੀ ਕਰੈਕਸ਼ਨ ਵੀ ਇੱਥੇ ਹੋ ਜਾਂਦੀ ਆ। ਸੋ ਡਾਕਖਾਨੇ ਦੀ ਨਗਰ ਨਿਵਾਸੀਆਂ ਨਾਲ ਇੱਕ ਇੱਕ ਜਿਹੜਾ ਵਾਅਦਾ ਕੀਤਾ ਸੀਗਾ ਉਹ ਡਾਕਖਾਨਾ ਲੈ ਕੇ ਆਏ ਹਾਂ। ਉਸ ਤੋਂ ਬਾਅਦ ਡਿਸਪੈਂਸਰੀ ਦਾ ਸਾਡਾ ਜਿਹੜਾ ਆ ਸਾਡੀ ਸੋਚ ਸੀ ਵੀ ਅਸੀਂ ਡਿਸਪੈਂਸਰੀ ਲੈ ਕੇ ਆਉਣੀ ਆ, ਉਹ ਡਿਸਪੈਂਸਰੀ 'ਤੇ ਵੀ ਸਾਡਾ ਕੰਮ ਚੱਲ ਰਿਹਾ ਸੀਗਾ। ਚਲੋ ਜਦ ਨੂੰ ਇਹ ਜਿਹੜਾ ਆ ਕੰਮ ਪੰਚਾਇਤਾਂ ਭੰਗ ਹੋਣ ਦਾ ਫੈਸਲਾ ਸਰਕਾਰ ਦਾ ਆ ਗਿਆ। ਸੋ ਹੋਰ ਵੀ ਸਾਡੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਇਹ ਚੱਲ ਰਹੀਆਂ ਸੀ ਗੱਲਾਂ ਵੀ ਪਿੰਡ ਦੇ ਵਿੱਚ ਪਿੰਡ ਨੂੰ ਪਿੰਡ ਦੀ ਵਿਕਾਸ ਕਿੱਦਾਂ ਕਰਨੇ ਆ, ਪਿੰਡ ਨੂੰ ਉਪਲਬਧੀਆਂ 'ਤੇ ਕਿੱਦਾਂ ਲੈ ਕੇ ਆਉਣਾ ਆ, ਉਹਦੇ ਲਈ ਜਿਹੜਾ ਆ ਮੈਂ ਦੇਖਿਆ ਕਈ ਵਾਰੀ ਫੇਸਬੁੱਕ 'ਤੇ ਵੀ ਸਾਡੇ ਯੂਥ ਆ ਜਿਹੜੀ ਯੂਥ ਦੀ ਡਿਮਾਂਡ ਆ ਕਿ ਹਾਂ ਇੱਥੇ ਸਾਡੇ ਪਿੰਡ ਦੇ ਵਿੱਚ ਗਰਾਊਂਡ ਹੋਣਾ ਚਾਹੀਦਾ। ਮੈਂ ਤਾਂ ਖੁਦ ਕ੍ਰਿਕਟ ਖੇਡਦਾ ਆ, ਮੈਂ ਖੁਦ ਸਪੋਰਟਸਮੈਨ ਹਾਂ, ਅਤੇ ਮੇਰੇ ਤੋਂ ਬਿਹਤਰ ਤਾਂ ਸਪੋਰਟਸ ਨੂੰ ਕੋਈ ਨਹੀਂ ਸਮਝਦਾ। ਮੈਂ ਕ੍ਰਿਕਟ ਬਹੁਤ ਖੇਡੀ ਆ, ਮੈਂ ਵਾਲੀਬਾਲ ਬਹੁਤ ਖੇਡੀ ਆ ਅਤੇ ਵਧੀਆ ਲੈਵਲ 'ਤੇ ਖੇਡੀ ਆ। ਸੋ ਮੈਨੂੰ ਇਸ ਚੀਜ਼ ਦਾ ਬਹੁਤ ਅਹਿਸਾਸ ਆ। ਜਦੋਂ ਮੈਂ ਯੂਥ ਨੂੰ ਇਹ ਦੱਸਣਾ ਚਾਹੁੰਦਾ ਇਸ ਵੀਡੀਓ ਰਾਹੀਂ ਕਿ ਗਰਾਊਂਡ ਜਿਹੜਾ ਆ ਸਾਡੇ ਪਿੰਡ ਦੇ ਵਿੱਚ ਜਗ੍ਹਾ ਹੀ ਨਹੀਂ ਸਾਡੇ ਕੋਲ ਹੈਗੀ, ਸਾਡੇ ਕੋਲ ਜਗ੍ਹਾ ਨਹੀਂ ਹੈ ਤਾਂ ਗਰਾਊਂਡ ਕਿੱਥੋਂ ਆਏਗਾ। ਜਿਹੜੀਆਂ ਜਦੋਂ ਇਹ ਕਲੋਨੀਆਂ ਸੀਗੀਆਂ, ਕਲੋਨੀਆਂ ਜਿਹੜੀ ਆ ਉਦੋਂ ਖਾਲੀ ਸੀ, ਉਹ ਹੁਣ ਜਿਹੜੀਆਂ ਲੋਕਾਂ ਨੇ ਉੱਥੇ ਮਕਾਨ ਵਗੈਰਾ ਬਣਾ ਤੇ ਆ, ਅਤੇ ਉਹ ਹੁਣ ਗਰਾਊਂਡ ਵਾਸਤੇ ਕੋਈ ਸਰਕਾਰੀ ਜਗ੍ਹਾ ਨਹੀਂ ਹੈਗੀ। ਇਸ ਕਰਕੇ ਗਰਾਊਂਡ ਆ ਜਿਹੜਾ ਉਹ ਗਰਾਊਂਡ ਆਪਾਂ ਨੂੰ ਜੇ ਆਪਾਂ ਬਣਾਉਂਦੇ ਹਾਂ ਤਾਂ ਆਪਾਂ ਨੂੰ ਪਿੰਡ ਤੋਂ ਬਾਹਰ ਕੋਈ ਜਗ੍ਹਾ ਦੇਖਣੀ ਪੈਣੀ ਆ। ਇਹ ਵੀ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਹੈ ਇਹ ਗੱਲ, ਅਤੇ ਚਲੋ ਮਾਲਕ ਕਦੇ ਨਾ ਕਦੇ ਜ਼ਰੂਰ ਆਪਾਂ ਇਸ ਚੀਜ਼ ਨੂੰ ਵੀ ਆਪਾਂ ਪੂਰੀ ਕਰਾਂਗੇ। ਅਤੇ ਬਹੁਤ ਸਾਰੀਆਂ ਇੱਦਾਂ ਦੀਆਂ ਦਿਮਾਗ ਦੇ ਵਿੱਚ ਚੀਜ਼ਾਂ ਹੈਗੀਆਂ ਨੇ। ਸੋ ਜਿਵੇਂ ਮੰਨ ਲਓ ਡਾਕਖਾਨੇ ਦਾ ਸੀਗਾ, ਆਪਾਂ ਸੋਚਦੇ ਸੀ ਡਿਸਪੈਂਸਰੀ ਦਾ ਤੁਹਾਡੇ ਨਾਲ ਸਾਂਝੀ ਕੀਤੀ ਆ, ਗਰਾਊਂਡ ਦੀ ਸਾਂਝੀ ਕੀਤੀ ਆ। ਜਿਹੜੇ 5 ਸਾਲਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੈ ਕਿ ਅਸੀਂ ਕੋਈ ਚਾਹੇ ਕਿਸੇ ਵੀ ਧਾਰਮਿਕ ਕੰਮ ਦੇ ਵਿੱਚ, ਕਿਸੇ ਵੀ ਸਮਾਜਿਕ ਕੰਮ ਦੇ ਵਿੱਚ, ਕਿਸੇ ਵੀ ਸਪੋਰਟਸ ਦੇ ਮੁੱਦੇ 'ਤੇ ਲਾ ਲਓ, ਕਦੇ ਵੀ ਕਿਸੇ ਵੀ ਅਸੀਂ ਨਗਰ ਲਈ, ਚਾਹੇ ਉਹ ਕਿਸਾਨੀ ਮੋਰਚੇ ਲਾ ਲਓ, ਚਾਹੇ ਕੁਛ ਲਾ ਲਓ, ਅਸੀਂ ਜਿਹੜੀ ਸਾਡੀ ਪੰਚਾਇਤ ਆ ਅਤੇ ਅਸੀਂ ਖੁਦ ਅਸੀਂ ਡਟੇ ਹਾਂ, ਕਦੀ ਅਸੀਂ ਇੱਕ ਪੈਰ ਵੀ ਪਿੱਛੇ ਨਹੀਂ ਮਤਲਬ ਕਹਿੰਦਾ ਚੱਕਿਆ ਹੈ। ਬਾਕੀ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ, ਜਿਹੜੇ ਇੱਥੇ ਪੁਰਾਣੇ ਬੈਠੇ ਆ ਉਹ ਜ਼ਿਆਦਾ ਬਿਹਤਰ ਜਾਣਦੇ ਆ ਕਿ ਪਹਿਲਾਂ ਇੱਥੇ ਕੀ ਸੀਗਾ,
ਕਿੱਦਾਂ ਦਾ ਸਾਡੇ ਪਿੰਡ ਦੇ ਹਾਲਾਤ ਸੀਗੇ ਅਤੇ ਹੁਣ ਕੀ ਆ। ਜੇ ਤੁਹਾਨੂੰ ਬਿਹਤਰ ਲੱਗਦਾ ਆ ਤਾਂ ਤੁਹਾਨੂੰ ਆਪੇ ਉਹਦੇ ਵਿੱਚ ਪਤਾ ਲੱਗ ਜਾਣਾ ਆ ਗਲੀਆਂ ਦਾ ਕੀ ਹਾਲ ਸੀਗਾ ਜਾਂ ਹੁਣ ਗਲੀਆਂ ਨਹੀਂ ਸੀ ਬਣੀਆਂ ਹੋਈਆਂ ਉਹ ਬਣ ਗਈਆਂ। ਬਾਕੀ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਜਿਹੜਾ ਪੰਚਾਇਤ ਨੇ ਬਹੁਤ ਸਾਰੇ ਕੰਮ ਕੀਤੇ ਆ, ਜਿਵੇਂ ਕਿ ਮੰਨ ਲਓ ਡਾਕਖਾਨੇ ਦਾ ਲਾ ਲਓ, ਜਾਂ ਮੰਨ ਲਓ ਤੁਸੀਂ ਕੈਂਪ ਬਹੁਤ ਜ਼ਿਆਦਾ ਲਗਾਏ ਆ, ਆਧਾਰ ਕਾਰਡ ਦੇ ਕੈਂਪ, ਮੈਡੀਕਲ ਕੈਂਪ। ਤੁਸੀਂ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਰਿਹਾ ਹਾਂ ਕਿ ਤੁਸੀਂ ਆਲੇ ਦੁਆਲੇ 10-20 ਪਿੰਡਾਂ ਦੇ ਵਿੱਚ ਤੁਸੀਂ ਆਪ ਘੁੰਮ ਫਿਰ ਕੇ ਪਤਾ ਕਰ ਲਓ, ਜਾਂ ਸੋਸ਼ਲ ਮੀਡੀਆ 'ਤੇ ਵੀ ਦੇਖ ਲਓ ਕਿ ਕਦੇ ਵੀ ਕਿਸੇ ਵੀ ਪਿੰਡ ਦੇ ਸਾਡੇ ਜਿਹੜੇ ਨੇੜੇ ਤੇੜੇ ਆਪਾਂ ਜੇ ਨਿਗਾਹ ਮਾਰੀਏ, ਕਿਸੇ ਨੇ ਨਹੀਂ ਇੰਨੇ ਉਪਰਾਲੇ ਕੀਤੇ ਜਿੰਨੇ ਅਸੀਂ ਇੱਥੇ ਪਿੰਡ ਦੇ ਵਿੱਚ ਕੈਂਪ ਲਗਾਏ, ਮੈਡੀਕਲ ਕੈਂਪ ਲਗਾਏ, ਆਧਾਰ ਕਾਰਡ ਵੋਟਰ ਕਾਰਡ ਦੇ ਕੈਂਪ ਲਗਾਏ। ਅਤੇ ਅਸੀਂ ਆਪਣੇ ਵੱਲੋਂ ਪੂਰੀ ਜਿਹੜੀ ਆ ਜਿੰਦ ਜਾਨ ਲਗਾ ਕੇ, ਇਸ ਜਿੰਨਾ ਸਾਡਾ ਟਾਈਮ ਰਿਹਾ ਆ ਸਾਡੇ ਕੋਲ, ਅਸੀਂ ਪੂਰੀ ਦਿਨ ਰਾਤ ਮਿਹਨਤ ਕੀਤੀ ਆ ਪਿੰਡ ਦੇ ਨਗਰ ਦੇ ਲੋਕਾਂ ਦੀ, ਅਸੀਂ ਖੱਜਲ ਖਰਾਬੀ ਖਤਮ ਕਰਨ ਲਈ ਕਿ ਸਾਡੇ ਪਿੰਡ ਦੇ ਲੋਕ ਖੱਜਲ ਖਰਾਬ ਨਾ ਹੋਣ। ਅਸੀਂ ਜਿਹੜੀਆਂ ਸਰਕਾਰੀ ਸਹੂਲਤਾਂ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਜਿਹਦੇ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਪੂਰੇ ਪਿੰਡ ਦੇ ਕੰਮ ਕਰ ਦਿੱਤੇ ਆ, ਜਾਂ ਅਸੀਂ ਪੂਰੇ ਅਸੀਂ ਪਿੰਡ ਨੂੰ ਅਸੀਂ ਖੁਸ਼ ਕਰ ਦਿੱਤਾ ਕਿ ਹਾਂਜੀ ਸਾਰੇ ਸਾਡੇ ਤੋਂ ਖੁਸ਼ ਵਾ, ਅਤੇ ਹੋ ਸਕਦਾ ਕਈਆਂ ਦੇ ਕੰਮ ਰਹਿ ਗਏ ਹੋਊਗੇ। ਅਤੇ ਮੈਂ ਉਹਨਾਂ ਤੋਂ ਵੀ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ ਕਿ ਜੇ ਤੁਹਾਡਾ ਕਿਸੇ ਕਾਰਨਾਂ ਕਰਕੇ, ਪਰ ਮੇਰੀ ਜਿਹੜੀ ਸਾਡੀ ਟੀਮ ਦੀ ਔਰ ਮੇਰੀ ਮਿਹਨਤ ਦੇ ਵਿੱਚ ਕੋਈ ਵੀ ਇੱਦਾਂ ਦੀ ਕਮੀ ਨਹੀਂ ਸੀ ਕਿ ਮੇਰੀ ਮਿਹਨਤ ਦੇ ਵਿੱਚ ਕੋਈ ਕਮੀ ਹੋਵੇ, ਕਿ ਮੈਂ ਤੁਹਾਡਾ ਕੰਮ ਕਰਾਉਣ ਲਈ ਮੇਰੇ ਮਨ ਦੇ ਵਿੱਚ ਕੋਈ ਇੱਦਾਂ ਦੀ ਗੱਲ ਹੋਵੇ ਕਿ ਤੁਹਾਡਾ ਕੰਮ ਨਾ ਹੋਵੇ। ਮੈਂ ਆਪਣੇ ਵੱਲੋਂ ਪੂਰੀ ਜੀ ਤੋੜ ਮਿਹਨਤ ਔਰ ਦਿਲੋਂ ਚਾਹਿਆ ਕਿ ਹਰ ਇੱਕ ਦਾ ਕੰਮ ਹੋਵੇ, ਕਿ ਕਿਸੇ ਨੂੰ ਖੱਜਲ ਖਰਾਬ ਨਾ ਹੋਣਾ ਪਵੇ। ਇੱਕ ਹੋਰ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਸਾਂਝੀ ਕਰਨਾ ਚਾਹੁੰਦਾ। ਇਸ ਕਾਰਜਕਾਲ ਦੇ ਦਰਮਿਆਨ ਤੁਸੀਂ ਇੱਕ ਚੀਜ਼ ਦੇਖੀ ਹੋਏਗੀ, ਇੱਕ ਸਾਡੇ ਪਿੰਡ ਨੇ ਬਹੁਤ ਵਧੀਆ ਇੱਕ ਮੈਸੇਜ ਵੀ ਦਿੱਤਾ ਆ। ਉਹ ਮੈਸੇਜ ਕੀ ਦਿੱਤਾ ਆ ਕਿ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਪਿੰਡਾਂ ਦੇ ਵਿੱਚ ਅਮੂਮਨ ਪਾਰਟੀਬਾਜ਼ੀ ਹੁੰਦੀ ਆ, ਪੰਚਾਇਤ ਮੈਂਬਰਾਂ ਦੀ ਪਾਰਟੀਬਾਜ਼ੀ ਹੁੰਦੀ, ਪੰਚਾਇਤ ਦੀ ਪਾਰਟੀਬਾਜ਼ੀ ਹੁੰਦੀ ਆ, ਪਿੰਡ ਦੇ ਵਿੱਚ ਕਈ ਧੜੇ ਬਣੇ ਹੁੰਦੇ ਆ, ਅਤੇ ਅਸੀਂ ਇਸ ਧੜੇ ਬੰਦੀਆਂ ਨੂੰ ਖਤਮ ਕੀਤਾ ਆ। ਔਰ ਤੁਸੀਂ ਦੇਖੋ, ਇੱਕ ਬਹੁਤ ਤੁਹਾਨੂੰ ਮੈਂ ਜਿਹੜੀ ਜ਼ਰੂਰੀ ਗੱਲ ਦੱਸਣ ਲੱਗਿਆ ਸੀਗਾ ਕਿ ਸਾਡੇ ਜਿਹੜੀ ਪੰਚਾਇਤ ਆ ਉਹਦੇ ਵਿੱਚ 11 ਮੈਂਬਰ ਨੇ, 11 ਵਾਰਡ ਨੇ, 11 ਪੰਚਾਇਤ ਮੈਂਬਰ, ਅਤੇ ਉਹ ਪੰਚਾਇਤ ਮੈਂਬਰਾਂ ਦੇ ਵਿੱਚ ਸਾਡੇ ਜਿਵੇਂ ਮੰਨ ਲਓ ਕੁਛ ਅਕਾਲੀ ਪਾਰਟੀ ਤੋਂ ਨੇ, ਮੰਨ ਲਓ ਦੋ ਤਿੰਨ ਅਕਾਲੀ ਪਾਰਟੀ ਤੋਂ ਨੇ, ਦੋ ਤਿੰਨ ਮੰਨ ਲਓ ਤੁਸੀਂ ਅਲੱਗ ਅਲੱਗ ਪਾਰਟੀਆਂ ਤੋਂ ਹੈਗੇ ਨੇ। ਮਤਲਬ ਕਿ ਜੇ 11 ਪੰਚਾਇਤ ਮੈਂਬਰ ਨੇ, ਉਹਦੇ ਵਿੱਚੋਂ 5 ਜਿਹੜੇ ਆ ਕਿ ਉਹ ਅਲੱਗ ਅਲੱਗ ਪਾਰਟੀਆਂ ਤੋਂ ਸੀਗੇ, ਅਤੇ ਕਦੇ ਵੀ ਉਹਨਾਂ ਨੂੰ ਅਸੀਂ ਮਹਿਸੂਸ ਨਹੀਂ ਹੋਣ ਦਿੱਤਾ, ਉਹਨਾਂ ਦੇ ਕਦੇ ਕੰਮਾਂ ਨੂੰ ਕਦੀ ਅਸੀਂ ਇਗਨੋਰ ਨਹੀਂ ਕੀਤਾ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਿੰਨੀ ਅਸੀਂ ਦੇਰ ਇੱਥੇ ਕਮਾਂਡ ਸੰਭਾਲੀ ਆ, ਪਿੰਡ ਦੀ ਜ਼ਿੰਮੇਵਾਰੀ ਸੰਭਾਲੀ ਆ, ਉਸ ਦਰਮਿਆਨ ਸਾਡੇ ਨਾਲ ਬਿਲਕੁਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ, ਅਤੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਜਿਹੜਾ ਕਿ ਸਾਡੀ ਪੰਚਾਇਤ ਨੇ ਇੱਕ ਮੈਸੇਜ ਜਿਹੜਾ ਦਿੱਤਾ ਆ ਕਿ ਪਾਰਟੀਬਾਜ਼ੀ ਕੁਛ ਨਹੀਂ ਹੁੰਦੀ, ਪਿੰਡ ਦੇ ਕੰਮ ਹੁੰਦੇ ਨੇ, ਜਿਹੜੇ ਪਿੰਡ ਦੀ ਡਿਵੈਲਪਮੈਂਟ ਹੁੰਦੀ ਆ ਉਹ ਸਭ ਤੋਂ ਜ਼ਰੂਰੀ ਹੁੰਦੀ ਆ, ਹੋਰ ਕੁਛ ਨਹੀਂ ਜ਼ਰੂਰੀ ਹੁੰਦਾ। ਖਤਮ ਕਰਕੇ ਸਭ ਨੂੰ ਨਾਲ ਲੈ ਕੇ ਚੱਲੇ ਹਾਂ, ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੈ। ਕੋਈ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਸਰਪੰਚ ਨੇ ਕੋਈ ਸਾਡੇ 'ਤੇ ਕੋਈ ਪਰਚਾ ਕਰਾਤਾ, ਜਾਂ ਸਾਨੂੰ ਕੋਈ ਅੰਦਰ ਕਰਾਤਾ, ਜਾਂ ਸਾਡੀ ਕੋਈ ਗੱਲ ਨਹੀਂ ਸੁਣੀ, ਜਾਂ ਸਾਡੇ ਨਾਲ ਕੋਈ ਇੱਦਾਂ ਦਾ ਧੱਕਾ ਕਰ ਦਿੱਤਾ। ਕੋਈ ਇੱਦਾਂ ਦਾ ਅਸੀਂ ਜਿਹੜਾ ਆ ਨਾ ਪੰਚਾਇਤ ਨੇ ਨਾ ਅਸੀਂ ਕੋਈ ਇੱਦਾਂ ਦਾ ਕੰਮ ਨਹੀਂ ਕੀਤਾ। ਅਸੀਂ ਪਿੰਡ ਦੀ ਪੰਚਾਇਤ ਨੂੰ ਔਰ ਨਗਰ ਦੇ ਜਿਹੜੇ ਮੋਹਦਵਾਰ ਸਮਾਜਿਕ ਧਾਰਮਿਕ ਸਾਡੇ ਜਿਹੜੇ ਆਗੂ ਸੀ, ਪਿੰਡ ਦੇ ਮੋਹਦਵਾਰ ਬੰਦੇ ਸੀ, ਸਭ ਨੂੰ ਨਾਲ ਲੈ ਕੇ ਚੱਲੇ ਹਾਂ ਜਿੱਥੋਂ ਤੱਕ ਸਾਡੀ ਕੋਸ਼ਿਸ਼ ਰਹੀ ਆ। ਅਤੇ ਇਹ ਸਾਡੇ ਜਿਹੜੇ ਤੁਹਾਡੇ ਨਾਲ ਜਿਹੜੀ ਇਹ ਪਿੰਡ ਦੇ ਜਿੰਨੇ ਸਾਡਾ ਟਾਈਮ ਰਿਹਾ ਆ ਉਸ ਟਾਈਮ ਦੀਆਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਰੀਆਂ ਗੱਲਾਂ ਇਹ ਸਾਂਝੀਆਂ ਕੀਤੀਆਂ ਆ। ਸੋ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਕਿ ਇਸ ਦੇਖੋ ਜਿਹੜੀ ਗਲਤੀ ਆ, ਗਲਤੀ ਜਿਹੜਾ ਆ ਇਨਸਾਨ ਕੰਮ ਕਰਦਾ ਉਹਦੇ ਕੋਲ ਹੁੰਦੀ ਆ, ਜਿਹੜਾ ਬੰਦਾ ਕੰਮ ਨਹੀਂ ਕਰਦਾ ਵਿਹਲਾ ਰਹਿੰਦਾ ਉਹਦੇ ਕੋਲ ਕੀ ਗਲਤੀ ਹੋਣੀ ਆ। ਅਸੀਂ ਕੰਮ ਕੀਤੇ ਆ, ਹੋ ਸਕਦਾ ਉਹਦੇ ਵਿੱਚ ਸਾਡੇ ਤੋਂ ਕੋਈ ਗਲਤੀ ਵੀ ਹੋਈ ਹੋਵੇ, ਤਾਂ ਮੈਂ ਉਹਦੀ ਤੁਹਾਡੇ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ। ਸਾਡੇ ਇਸ ਜਿੰਨੀ ਦੇਰ ਸਾਡੇ ਕੋਲ ਜ਼ਿੰਮੇਵਾਰੀ ਰਹੀ ਆ ਉਸ ਦਰਮਿਆਨ ਸਾਡੇ ਤੋਂ ਕਿਸੇ ਦਾ ਦਿਲ ਦੁਖਿਆ ਹੋਵੇ, ਸਾਡੇ ਤੋਂ ਕਿਸੇ ਨੂੰ ਲੱਗਿਆ ਹੋਵੇ ਕਿ ਹਾਂ ਕੋਈ ਪਰੇਸ਼ਾਨੀ ਆਈ ਹੋਵੇ, ਜਾਂ ਸਾਡੇ ਤੋਂ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ, ਤਾਂ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ।
और अगे तो ये कामना करता है कि जिहड़ा कि तुसीं जिन्ना भी सानूं टाइम दिता आ उहदे लई मैं तुहाडा दिल दीआं गहराइआं तों मैं साडा परिवार तुहाडा सदा ऋणी रहेगा, क्योंकि तुसीं जिहड़ा सानूं इज्जत माण और सत्कार इन्ना दिता कि मैं अपनी भविष्य दे विच इह चीज़ नहीं सोच सकदा सी, ना मेरा परिवार सोच सकदा सी, जिन्ना इस नगर ने सानूं इज्जत माण दित्ती आ, रिसपैक्ट दित्ती आ, और सानू मैं ये कह सकदा भी सानू पलकां ते बिठा के रखिया, जिहड़े वड्डे छोटे सब ने प्यार दिता आ, और मैं असी भी कदे किसे नू मतलब महसूस नहीं होण दिता कि हाँ कोई भी किसे नाल कोई ईरखाबाजी की थी। तुहाडे नाल मैं पहली गल सांझी की आ, सो ये गल्लां करदे ही मैं तुहाडे तों खिमा दा याचक हाँ। धन्नवाद, मेहरबानी।